ਸੋ ਇਹ ਉਹਨਾਂ ਨੇ ਬਹੁਤ ਲੇਟ ਕਰਤਾ ਇਹ ਫੈਸਲਾ ਲੈਣ ਨੂੰ ਬਾਕੀ ਇਹ ਤਾਂ ਉਹਨਾਂ ਦੀ ਇੰਟਰਨਲ ਪੋਲਿਟਿਕਸ ਆ ਅਸੀਂ ਕੀ ਕਹਿਣਾ ਇਹਦੇ ਬਾਰੇ ਕਿਹਾ ਕਿ ਆਪਸ਼ਨਸ ਬਹੁਤ ਨੇ ਫਿਊਚਰ ਦੇ ਵਿੱਚ ਡਿਸਾਈਡ ਕਰਾਂਗੇ ਕਿਹੜੀ ਆਪਸ਼ਨ ਜਿਹੜੀ ਹੈ ਉਹ ਲੈਣੀ ਹੈ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਲੱਗਦਾ ਸੀਗਾ ਕਿ ਉਹ ਬੀਜੇਪੀ ਦੀ ਲੀਡਰਸ਼ਿਪ ਆ ਉਹਦੇ ਨਾਲ ਵੀ ਥੋੜ੍ਹਾ ਬਹੁਤ ਉਹਨਾਂ ਦੀ ਜਿਹੜੀ ਹੈਗੀ ਸਾਂਝ ਆ ਚਲੋ ਉਹਨਾਂ ਨੂੰ ਮੌਕਾ ਮਿਲ ਗਿਆ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਅਤੇ ਫਿਰ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਅੱਜ ਇੱਕ ਵੱਡਾ ਧਮਾਕਾ ਹੋਇਆ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਤੋਂ ਬਾਅਦ ਕਈ ਤਰੀਕੇ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਹੋਵੇਗਾ ਜਾਂ ਇਸ ਦਾ ਕਾਂਗਰਸ ਨੂੰ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ ਤਾਂ ਇਸ ਵਿਚਾਲੇ ਇਸ ਮੁੱਦੇ ਦੇ ਉੱਪਰ ਵਿਰੋਧੀ ਪਾਰਟੀਆਂ ਕੀ ਸੋਚਦੀਆਂ ਨੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਅਤੇ ਨਕੋਦਰ ਤੋਂ MLA ਗੁਰਪ੍ਰਤਾਪ ਸਿੰਘ ਵਡਾਲਾ ਸਾਡੇ ਨਾਲ ਮੌਜੂਦ ਹੈਗੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਵਡਾਲਾ ਸਾਹਿਬ ਸਵਾਗਤ ਪਹਿਲਾਂ ਤਾਂ TV ਪੰਜਾਬ 'ਤੇ ਪਹਿਲਾ ਸਵਾਲ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਨੂੰ ਕਿਵੇਂ ਵੇਖਦੇ ਹੋ ਦੇਖੋ ਇੱਦਾਂ ਜੀ ਵੀ ਜਿਹੜਾ ਫੈਸਲਾ ਕਾਂਗਰਸ ਦੀ ਹਾਈ ਕਮਾਂਡ ਨੇ ਰਾਤ ਇਹਨਾਂ ਦੀ ਜਿਹੜੀ ਹੈਗੀ ਆ ਲੈਜਿਸਲੇਟਿਵ ਪਾਰਟੀ ਮੀਟਿੰਗ ਸੱਦਣ ਦਾ ਲਿਆ ਅਤੇ ਉਸ ਤੋਂ ਸੰਕੇਤ ਆਉਂਦਾ ਸੀਗਾ ਕਿ ਇਹ ਕੋਈ ਲੀਡਰਸ਼ਿਪ ਚੇਂਜ ਕਰਨਗੇ ਉਸ ਫੈਸਲੇ ਨੂੰ ਲੈ ਕੇ ਇਹ ਅਸੀਂ ਕਹਿ ਸਕਦੇ ਹਾਂ ਕਿ ਕਾਂਗਰਸ ਪਾਰਟੀ ਨੇ ਇਹ ਫੈਸਲਾ ਬਹੁਤ ਲੇਟ ਲਿਆ ਅਤੇ ਇਹਦਾ ਹੁਣ ਉਹਨਾਂ ਨੂੰ ਬਹੁਤਾ ਲਾਭ ਨਹੀਂ ਹੋਣਾ ਕਾਂਗਰਸ ਪਾਰਟੀ ਨੂੰ ਕਰਕੇ ਉਹ ਟਾਈਮ ਟੱਪ ਗਿਆ ਜਿਹੜਾ ਕਿ ਉਹ ਚਾਹੁੰਦੇ ਸੀਗੇ ਕਿ ਅਸੀਂ ਲੋਕਾਂ ਨੂੰ ਗੁੰਮਰਾਹ ਕਰਕੇ ਕਹਿ ਲਓ ਜਾਂ ਲੋਕਾਂ ਨੂੰ ਥੋੜ੍ਹਾ ਬਹੁਤਾ ਇੱਦਾਂ ਦਾ ਦਿਖਾ ਕੇ ਚਿਹਰਾ ਆਪਣਾ ਕਿ ਕਾਂਗਰਸ ਪਾਰਟੀ ਵਿੱਚ ਤਬਦੀਲੀ ਆ ਰਹੀ ਆ ਅਤੇ ਕਾਂਗਰਸ ਪਾਰਟੀ ਹੁਣ ਲੋਕਾਂ ਵਾਸਤੇ ਕੰਮ ਕਰੂਗੀ ਜਿਹੜਾ ਕਿ 4.5 ਸਾਲ ਉਹਨਾਂ ਤੋਂ ਨਹੀਂ ਹੋਇਆ ਸੋ ਇਹ ਉਹਨਾਂ ਨੇ ਬਹੁਤ ਲੇਟ ਕਰਤਾ ਇਹ ਫੈਸਲਾ ਲੈਣ ਨੂੰ ਬਾਕੀ ਇਹ ਤਾਂ ਉਹਨਾਂ ਦੀ ਇੰਟਰਨਲ ਪੋਲੀਟਿਕਸ ਆ ਅਸੀਂ ਕੀ ਕਹਿਣਾ ਇਹਦੇ ਬਾਰੇ ਬਟ ਇਹ ਆ ਵੀ ਜੇ ਇਸ ਪਾਰਟੀ ਨੇ ਇੰਨਾ ਲੰਬਾ ਸਮਾਂ ਕੈਪਟਨ ਅਮਰਿੰਦਰ ਸਿੰਘ ਦੇ ਪਹਿਲਾਂ ਗੁਣ ਗਾਏ ਉਹਨਾਂ ਦੇ ਸੋਹਲੇ ਗਾਏ ਉਹਨਾਂ ਨੂੰ ਸਾਰਿਆਂ ਨੇ ਕਦੀ ਕਹਿ ਤਾਂ ਬਹੁਤ ਚੰਗੇ ਨੇ ਕਦੀ ਕਹਿ ਤਾਂ ਮਾੜੇ ਨੇ ਵਾਰ ਵਾਰ ਮਤਲਬ ਫਲਿੱਪ ਫਲੋਪ ਕਰਦੀ ਰਹੀ ਕਾਂਗਰਸ ਪਾਰਟੀ ਇਸ ਇਸ਼ੂ 'ਤੇ ਅਤੇ ਫਿਰ ਇਹ ਤਾਂ ਲੱਗਦਾ ਹੀ ਆ ਕਿ ਇਹ ਉਹਨਾਂ ਦੀ ਪੋਲੀਟੀਕਲ ਮਜਬੂਰੀ ਬਣ ਗਈ ਕਾਂਗਰਸ ਪਾਰਟੀ ਦੀ ਕੁਛ ਇਹ ਆ ਕਿ ਕੈਪਟਨ ਅਮਰਿੰਦਰ ਸਿੰਘ ਜੀ ਦਾ ਲੱਗਦਾ ਸੀਗਾ ਕਿ ਉਹ ਆਪਣੇ ਜਿਹੜੀ NDA ਦੀ ਗਵਰਨਮੈਂਟ ਆ BJP ਦੀ ਲੀਡਰਸ਼ਿਪ ਆ ਉਹਦੇ ਨਾਲ ਵੀ ਥੋੜ੍ਹਾ ਬਹੁਤ ਉਹਨਾਂ ਦੀ ਜਿਹੜੀ ਹੈਗੀ ਸਾਂਝ ਆ ਜਾਂ ਉਹਨਾਂ ਦਾ ਥੋੜ੍ਹਾ ਨੇੜਤਾ ਲੱਗਦੀ ਸੀ ਜਾਂ ਆਪਸ ਵਿੱਚ ਉਹਨਾਂ ਦੀ ਜਿਹੜੇ ਸੰਬੰਧ ਸੁਖਾਵੇਂ ਲੱਗਦੇ ਸੀਗੇ ਅੱਛਾ ਇਹ ਨੇੜਤਾ ਹੁਣ ਲੱਗਦਾ ਕਿ ਕੰਮ ਆਊਗੀ ਕਿਉਂਕਿ ਚਰਚਾਵੇਂ ਇਹ ਚੱਲਦੀਆਂ ਪਈਆਂ ਨੇ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਛੱਡ ਸਕਦੇ ਨੇ ਤਾਂ BJP ਦੇ ਵੱਲੋਂ ਜਿਹੜਾ CM ਦਾ ਫੇਸ ਪੰਜਾਬ ਦਾ ਬਣ ਸਕਦੇ ਨੇ ਜਾਂ BJP ਦੇ ਵਿੱਚ ਜਾ ਸਕਦੇ ਨੇ ਦੇਖੋ ਇਹ ਨੇੜਤਾ ਦਾ ਬਹੁਤ ਚਿਰਾਂ ਦੀਆਂ ਇੱਦਾਂ ਦੀਆਂ ਚਰਚਾਵਾਂ ਚੱਲ ਰਹੀਆਂ ਆ ਸਾਰਾ ਪੰਜਾਬ ਉਹਨਾਂ ਬਾਰੇ ਜਾਣਦਾ ਸੋ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਦਿੱਲੀ ਬੈਠੀ ਉਹ ਤਾਂ ਮੌਕਾ ਭਾਲਦੀ ਸੀ ਲੱਭਦੀ ਸੀ ਮੌਕਾ ਚਲੋ ਉਹਨਾਂ ਨੂੰ ਮੌਕਾ ਮਿਲ ਗਿਆ ਨਵਜੋਤ ਸਿੰਘ ਸਿੱਧੂ ਦੇ ਆਉਣ ਨਾਲ ਅਤੇ ਫਿਰ ਉਹਨਾਂ ਨੇ ਇਹ ਫੈਸਲਾ ਲੈ ਲਿਆ ਅਖੀਰ 'ਚ ਉਹਨਾਂ ਨੂੰ ਇਹ ਸਟੈਪ ਚੱਕਣਾ ਪੈ ਗਿਆ ਬਟ ਕੈਪਟਨ ਅਮਰਿੰਦਰ ਸਿੰਘ ਜੀ ਅਗਰ ਆਪਣੇ ਕਿਸੇ ਹੋਰ ਪਾਰਟੀ ਜਾਂਦੇ ਆ ਚਾਹੇ BJP ਹੋਵੇ ਹੋਰ ਤਾਂ ਕੋਈ ਪਾਰਟੀ ਹੈ ਨਹੀਂ ਗੀ ਪਰ ਉਹਦਾ ਵੀ BJP ਨੂੰ ਵੀ ਕੋਈ ਲਾਭ ਨਹੀਂ ਹੋਣਾ ਅਤੇ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਇੱਕ ਬਹੁਤ ਵੱਡਾ ਸਟਿਗਮਾ ਲੱਗੂਗਾ ਕਿ ਇਹ ਵੀ ਮੌਕਾ ਪ੍ਰਸਤ ਲੀਡਰ ਨੇ ਸੋ ਮੌਕਾ ਪ੍ਰਸਤਾਂ ਨੂੰ ਹੁਣ ਲੋਕ ਬਹੁਤਾ ਚੰਗਾ ਨਹੀਂ ਸਮਝਦੇ ਲੋਕ ਪਸੰਦ ਨਹੀਂ ਕਰਦੇ ਸੋ ਰਾਹ ਤਾਂ ਸਾਰੇ ਤਕਰੀਬਨ ਬੰਦ ਹੋ ਗਏ ਆ ਅਤੇ ਜੇ ਹੁਣ ਆਪਣਾ ਕੋਈ ਹੋਰ ਫੈਸਲਾ ਲੈਣਗੇ ਉਹ ਦੇਖੋ ਕੀ ਕਰਦੇ ਆ ਬਟ ਇਹ ਆ ਵੀ BJP ਦਾ ਜਿਹੜਾ ਇਸ ਵੇਲੇ ਪੰਜਾਬ ਵਿੱਚ ਗ੍ਰਾਫ ਆ ਬਹੁਤ ਥੱਲੇ ਚਲਾ ਗਿਆ ਅਤੇ ਕੈਪਟਨ ਅਮਰਿੰਦਰ ਸਿੰਘ ਵੀ ਅਗਰ BJP ਨੂੰ ਜੁਆਇਨ ਕਰਦੇ ਆ ਤਾਂ ਉਹ ਵੀ BJP ਦਾ ਕੋਈ ਬਹੁਤਾ ਭਲਾ ਨਹੀਂ ਕਰ ਸਕਦੇ ਨਹੀਂ ਫਾਇਦਾ ਕਰ ਸਕਦੇ ਅੱਛਾ CM ਕੈਪਟਨ ਅਮਰਿੰਦਰ ਸਿੰਘ ਹੁਣੇ ਹੁਣ ਤਾਂ ਸਾਬਕਾ CM ਹੋ ਗਏ ਨੇ ਅਸਤੀਫਾ ਦੇਣ ਤੋਂ ਬਾਅਦ ਉਹਨਾਂ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਮੈਨੂੰ ਅਪਮਾਨਿਤ ਕੀਤਾ ਜਾ ਰਿਹਾ ਹੈ ਵਾਰ ਵਾਰ ਜੇਕਰ ਤੁਹਾਡੇ ਕੋਈ ਨਵਾਂ CM ਵਧੀਆ ਹੈਗਾ ਤਾਂ ਤੁਸੀਂ ਉਹਨੂੰ ਇਹ ਲਾ ਲਓ ਇਹ ਬਿਆਨ ਨੂੰ ਕਿੱਦਾਂ ਵੇਂਦੇ ਹੋ ਕਿਉਂਕਿ ਉਹਨਾਂ ਨੇ ਇੱਕ ਹੋਰ ਬਿਆਨ ਵੀ ਦਿੱਤਾ ਹੋਇਆ ਉਹਨਾਂ ਨੇ ਕਿਹਾ ਕਿ ਆਪਸ਼ਨਸ ਬਹੁਤ ਨੇ ਫਿਊਚਰ ਦੇ ਵਿੱਚ ਡਿਸਾਈਡ ਕਰਾਂਗੇ ਕਿਹੜੀ ਆਪਸ਼ਨ ਜਿਹੜੀ ਹੈ ਉਹ ਲੈਣੀ ਹੈ ਮੈਂ ਤੁਹਾਨੂੰ ਕੀ ਲੱਗਦਾ ਕਿ ਇਹ ਜਿਹੜਾ ਫੈਸਲਾ ਅੱਜ ਲਿਆ ਗਿਆ ਹਾਈ ਕਮਾਂਡ ਦੇ ਵੱਲੋਂ ਦਵਾਇਆ ਗਿਆ ਧੱਕੇ ਦੇ ਨਾਲ ਕਿ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਅਪਮਾਨਿਤ ਹੋ ਕੇ ਲਿਆ ਗਿਆ ਇਹ ਤਾਂ ਜੀ ਸਾਫ ਕਲੀਅਰ ਨਜ਼ਰ ਆ ਰਿਹਾ ਕਿ ਹਾਈ ਕਮਾਂਡ ਨੇ ਜ਼ੋਰ ਪਾ ਕੇ ਸਾਰੇ MLAs ਨੂੰ ਇਹ ਕਹਿ ਕੇ ਕਿ ਤੁਹਾਨੂੰ ਪਾਰਟੀ ਦਾ ਹੁਕਮ ਮੰਨਣਾ ਪੈਣਾ ਪਾਰਟੀ ਦਾ ਜਿਹੜਾ ਉੱਪਰੋਂ ਪਰਵਾਨਾ ਆਇਆ ਆ ਉਹ ਲੈ ਕੇ ਦੋਨੇ ਅਬਜ਼ਰਵਰ ਆਏ ਆ ਉਹਨੂੰ ਤੁਸੀਂ ਉਹਦੇ ਪਾਬੰਦ ਰਹਿਣਾ ਆ ਅਤੇ ਪਾਰਟੀ ਹਾਈ ਕਮਾਂਡ ਨੇ ਇਹ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਉੱਪਰ ਧੱਕੇ ਨਾਲ ਉਹਨਾਂ ਨੇ ਆਪਣੇ ਠੋਕਿਆ ਅਤੇ ਕੈਪਟਨ ਸਾਹਿਬ ਤਾਂ ਕੌਣ ਮੁੱਖ ਮੰਤਰੀ ਦੀ ਕੁਰਸੀ ਕੌਣ ਛੱਡਣਾ ਚਾਹੁੰਦਾ ਆ ਅਤੇ ਇਸ ਕਰਕੇ ਇਹ ਤਾਂ ਜਿਹੜੀ ਮੈਂ ਪਹਿਲਾਂ ਗੱਲ ਕਹਿ ਕੇ ਹਟਿਆ ਭੁੱਲਰ ਸਾਹਿਬ ਇਹ ਆ ਕਿ
ये कांग्रेस पार्टी इस मसले ते फ्लिप फ्लॉप करती सी, कभी अपने करती सी ला दिओ, कभी कहिंदे रख लो, कई मिनिस्टर कहिंदे सी कैप्टन साहब फेल हो गए, कोई कहिंदे बाद कहिंदे नहीं जी ठीक है कैप्टन साहब वर्गा लीडर ही कोई है नहीं गा। सो ये सारा देखो कांग्रेस पार्टी का सारा जिन्ना भी उन्होंने स्ट्रक्चर आ जिहड़ियां उन्होंने तारा हिलदियाँ जिहड़ा उन्होंने हाई कमांड तो हिलदियाँ दिल्लियों उन्होंने ये जिहड़ी कमांड आउंदी आ उन्होंने पार्टी लीडरशिप तो उहदे मुताबक ये सारे फैसले हुंदे आ। सो ये फैसला दिल्ली ने कैप्टन अमरिंदर सिंह जी ते धक्के नाल उन्होंने ठोकिया आ, ये आपां सारे जाणदे आ। दूसरा जिहड़ा कैप्टन साहब ने कहता कि मेरे वास्ते जिहड़ा आउण वाले समय च मैं पोलिटिकल जिहड़ी हैगी आ जो भी फैसला लैणा मैं सोच विचार के अपने साथियों नाल सलाह करके करूँगा। ये तो देखो इस वेले तो उन्होंने को ऑप्शन कही सी या तो अपना ग्रुप नवा वक्रा बना कैप्टन अमरिंदर सिंह जी तो अपना वो अपनी पार्टी हाईकमांड के नाल अपने अपने सौदा करते कह लो या उन्होंने नैगोशिएट करते, पर ग्रुप उन्होंने बनया नहीं बिकॉज एम एल ए को रहा नहीं नाल, सारे एम एल ए चल गए जी सी एल पी की मीटिंग। सो कैप्टन साहब हुण आने वाले टाइम च की करते की नहीं करते ये आप कुछ कह नहीं सकते, पर बहुत ऑप्शन कैप्टन अमरिंदर सिंह जी को नहीं रही जो इस वक्त आपू लगता है। ਡਾਕਟਰ ਸਾਹਿਬ ਕੈਪਟਨ ਦੇ ਫੈਸਲੇ ਦੇ ਨਾਲ ਅਕਾਲੀ ਦਲ ਨੂੰ ਕੀ ਫਾਇਦਾ ਹੋਵੇਗਾ ਜਾਂ ਨੁਕਸਾਨ ਹੋਵੇਗਾ? ਦੇਖੋ ਜੇ ਹੁਣ ਮੇਨ ਪਾਰਟੀ ਕਾਂਗਰਸ ਦੇ ਆਪਣੇ ਮੋਹਰੇ ਜਾਂ ਕਾਂਗਰਸ ਦੇ ਮੁਕਾਬਲੇ ਪੰਜਾਬ 'ਚ ਹੈਗੀ ਉਹ ਹੈਗੀ ਸ਼੍ਰੋਮਣੀ ਅਕਾਲੀ ਦਲ, ਅਤੇ ਜੇ ਅਗਰ ਕਾਂਗਰਸ ਪਾਰਟੀ ਵਿੱਚ ਕੁਛ ਨਾ ਕੁਛ ਇੱਦਾਂ ਦੀ ਜਿਹੜਾ ਹੁਣ ਰਦੋ ਬਦਲ ਹੁੰਦੀ ਆ ਜਾਂ ਉਹਨਾਂ ਵਿੱਚ ਕੋਈ ਮਤਭੇਦ ਪੈਦਾ ਹੁੰਦੇ ਆ ਜਾਂ ਕੋਈ ਡਿਵੀਜ਼ਨ ਹੁੰਦੀ ਪਾਰਟੀ 'ਚ ਜਿਹੜੀ ਹੁਣ ਇਸ ਵੇਲੇ ਲੱਗ ਰਿਹਾ ਕਿ ਠੀਕ ਹੈ ਐਮ ਐਲ ਏ ਚਲ ਗਏ ਆਪਣੇ ਉਹਦੇ ਵਿੱਚ ਸੀ ਐਲ ਪੀ ਦੀ ਮੀਟਿੰਗ 'ਚ ਹਰੀਸ਼ ਰਾਵਤ ਆ ਗਿਆ ਉਮਾਕਨ ਆ ਗਿਆ, ਲੇਕਿਨ ਇਹ ਆ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜੇ ਨੇ ਉਹ ਅੰਦਰੋਂ ਤਾਂ ਖੁਸ਼ ਨਹੀਂ ਹੋਣਗੇ। ਸੋ ਉਹਨਾਂ ਦੇ ਵਿੱਚ ਜਿਹੜੀ ਉਹਨਾਂ ਦੀ ਪਾਟੋ ਧਾੜ ਆ ਜਾਂ ਉਹਨਾਂ ਦਾ ਜਿਹੜਾ ਕਲੇਸ਼ ਕਹਿ ਲਓ ਡਿਵੀਜ਼ਨ ਕਹਿ ਲਓ ਉਹ ਹਜੇ ਕਦੀ ਆਪਣੇ ਆਪਾਂ ਨੂੰ ਇਹ ਪੱਕਾ ਇਹ ਯਕੀਨ ਆ ਆਪਾਂ ਨੂੰ ਸਭ ਨੂੰ ਕਿ ਉਹ ਇੰਨੀ ਛੇਤੀ ਮਿਟ ਨਹੀਂ ਸਕਦਾ, ਇੰਨੀ ਛੇਤੀ ਉਹ ਖਤਮ ਨਹੀਂ ਹੋ ਸਕਦਾ। ਸੋ ਜੇ ਉਹਨਾਂ ਦੇ ਵਿੱਚ ਡਿਵੀਜ਼ਨ ਆ ਉਹ ਪਾਰਟੀ ਯੂਨਾਈਟਿਡ ਨਹੀਂ ਗਈ, ਉਹਨਾਂ ਦੀ ਲੀਡਰਸ਼ਿਪ ਕੰਸੋਲੀਡੇਟਿਡ ਨਹੀਂ ਗਈ। ਨਵਜੋਤ ਸਿੰਘ ਸਿੱਧੂ ਤੋਂ ਬੜੀ ਆਸ ਸੀ ਉਹਨਾਂ ਨੂੰ, ਹੁਣ ਸਿੱਧੂ ਸਾਹਿਬ ਨੂੰ ਬਣਿਆ ਨੂੰ ਬੜਾ ਟਾਈਮ ਹੋ ਗਿਆ, 2-3 ਮਹੀਨੇ ਹੋ ਗਏ ਆ, ਪਰ ਕੋਈ ਬਹੁਤੀ ਗੱਲ ਨਹੀਂ ਉਹਨਾਂ ਤੋਂ, ਕੋਈ ਬਹੁਤਾ ਹਰਕਤ 'ਚ ਨਹੀਂ ਆਏ, ਕੋਈ ਬਹੁਤੀ ਗੱਲਬਾਤ ਨਹੀਂ ਉਹਨਾਂ ਤੋਂ ਕਰ ਹੋਈ। ਲੋਕਾਂ ਨੇ ਇੱਕ ਵਾਰੀ ਦੇਖਿਆ ਉਹਨਾਂ ਨਾਲ ਮੁੜ ਕੇ ਕਹਿਤਾ ਨਹੀਂ ਜੀ ਕੋਈ ਆਪਣੀ ਗੱਲ ਨਹੀਂ ਬਣੀ ਸਿੱਧੂ ਸਾਹਿਬ ਤੋਂ। ਸੋ ਇਹ ਆ ਵੀ ਇਹ ਜਿਹੜਾ ਜੋ ਉਹਨਾਂ ਦਾ ਰੌਲਾ ਆ ਜਾਂ ਜੋ ਉਹਨਾਂ ਦਾ ਆਪਣੇ ਆਪਸ ਵਿੱਚ ਲੜਾਈ ਆ ਕਾਂਗਰਸ ਦੀ, ਉਹਦਾ ਫਾਇਦਾ ਤਾਂ ਹੋਣਾ ਹੀ ਆ ਅਕਾਲੀ ਦਲ ਨੂੰ, ਬਿਕੋਜ਼ ਉਹ ਕਮਜ਼ੋਰ ਹੋ ਰਹੇ ਆ ਅਤੇ ਲੋਕਾਂ ਨੇ ਦੇਖ ਲਿਆ ਕਾਂਗਰਸ ਪਾਰਟੀ ਦਾ ਜਿਹੜਾ ਹੈਗਾ ਕਾਰਜਕਾਲ 4.5 ਸਾਲ ਦਾ, ਉਹ ਲੋਕਾਂ ਨੇ ਤਾਂ ਇਹਨੂੰ ਕਹਿ ਲਓ ਠੁਕਰਾਤਾ ਨਕਾਰਤਾ ਕਾਂਗਰਸ ਪਾਰਟੀ ਨੂੰ। ਬਾਕੀ ਦੇਖੋ ਪਰਮਾਤਮਾ ਜਾਣਦਾ ਰਿਜ਼ਲਟ ਕੀ ਹੋਣਗੇ, ਪਰ ਇਸ ਮੌਕੇ ਤਾਂ ਪੰਜਾਬ ਦੇ ਲੋਕ ਇਹ ਕਹਿ ਰਹੇ ਨੇ ਕਿ ਕਾਂਗਰਸ ਦੀ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਗਈ, ਕਾਂਗਰਸ ਤੋਂ ਕੁਛ ਕਰ ਨਹੀਂ ਹੋਇਆ, ਕੈਪਟਨ ਅਮਰਿੰਦਰ ਸਿੰਘ ਲੋਕਾਂ 'ਚ ਗਏ ਨਹੀਂ, ਮੰਤਰੀ ਉਹਨਾਂ ਦੇ ਕੋਈ ਲੋਕਾਂ 'ਚ ਵਿਚਰੇ ਨਹੀਂ, ਲੋਕਾਂ ਦੀ ਉਹਨਾਂ ਨੇ ਜਿਵੇਂ ਸੇਵਾ ਕਰਨੀ ਚਾਹੀਦੀ ਸੀ ਸੇਵਾ ਨਹੀਂ ਕੀਤੀ, ਕੋਈ ਨਵਾਂ ਉਹਨਾਂ ਨੇ ਪ੍ਰੋਜੈਕਟ ਨਹੀਂ ਲਿਆਂਦਾ, ਕੋਈ ਨਵਾਂ ਵੱਡਾ ਆਪਣੇ ਠੋਸ ਕੰਮ ਨਹੀਂ ਕੀਤਾ, ਕੋਈ ਇਹਦਾ ਦਿਖਾਉਣ ਕਹਿਣਾ ਕੋਈ ਮਾਰਕਾ ਮਾਰਿਆ ਸੀਗਾ, ਇੱਕ ਵੀ ਮਾਰਕਾ ਕਹਿਣ ਵੀ ਆਹ ਮਾਰਿਆ ਮਾਰਕਾ ਸੀ ਪੰਜਾਬ ਲਈ, ਇਹ ਤਾਂ ਮੰਨਾਂਗੇ ਵੀ ਠੀਕ ਹੈ ਵੀ ਆਹ ਕੰਮ ਤੁਸੀਂ ਚੰਗਾ ਕੀਤਾ ਆ, ਕੁਛ ਨਹੀਂ ਉਹਨਾਂ ਤੋਂ ਹੋਇਆ, ਚਾਹੇ ਕੋਵਿਡ ਦੀ ਗੱਲ ਕਰ ਲਓ ਉਹਦੇ ਕਰਕੇ ਟਾਈਮ ਮਿਲ ਗਿਆ, ਚਲੋ ਉਹਨਾਂ ਨੂੰ ਇੱਕ ਵਿੰਡੋ ਮਿਲ ਗਈ, ਬ੍ਰੇਕ ਮਿਲ ਗਈ ਕੈਪਟਨ ਸਾਹਿਬ ਨੂੰ, ਕੋਵਿਡ ਵਿੱਚ ਆ ਗਿਆ ਕੁਦਰਤੀ ਉਹਨਾਂ ਦਾ ਉਹ ਆਪਣੇ ਉਹਨਾਂ ਨੂੰ ਇਸ ਗੱਲ ਦਾ ਕਹਿ ਲਓ ਕਿਸਮਤ ਸਾਥ ਦੇਗੀ ਇਹ ਕਹਿ ਸਕਦੇ ਹਾਂ। ਅਤੇ ਦੂਸਰਾ ਫਿਰ ਕਿਸਾਨਾਂ ਦਾ ਅੰਦੋਲਨ ਸ਼ੁਰੂ ਹੋ ਗਿਆ, ਉਹ ਵੀ ਉਹਨਾਂ ਨੇ ਕਿਸਾਨਾਂ ਦੇ ਮੋਢਿਆਂ 'ਤੇ ਰੱਖ ਕੇ ਚਲਾਤੀ, ਕਹਿਤਾ ਜਾਓ ਦਿੱਲੀ ਨੂੰ ਚਲ ਜਾਓ, ਅਤੇ ਮੁੜ ਕੇ ਦਿੱਲੀ 'ਤੇ ਜਿਹੜਾ ਜ਼ੋਰ ਪਾਉਣਾ ਚਾਹੀਦਾ ਸੀਗਾ ਪੰਜਾਬ ਦੇ ਮੁੱਖ ਮੰਤਰੀ ਨੂੰ, ਪੰਜਾਬ ਦਾ ਮੁੱਖ ਮੰਤਰੀ ਬਹੁਤ ਤਾਕਤਵਰ ਆਪਣੇ ਹੈਗਾ ਮੁੱਖ ਮੰਤਰੀ ਆ, ਐਸੀ ਗੱਲ ਨਹੀਂ ਕੋਈ, ਪਰ ਉਹਨਾਂ ਨੇ ਆਪਣੀ ਤਾਕਤ ਦਾ ਇਸਤੇਮਾਲ ਹੀ ਨਹੀਂ ਕੀਤਾ ਕੈਪਟਨ ਅਮਰਿੰਦਰ ਸਿੰਘ ਜੀ ਨੇ। ਇਸੇ ਗੱਲ ਨੂੰ ਲੈ ਕੇ ਹੁਣ ਇਹ ਵੀ ਚਰਚਾ ਇੱਕ ਹੋਣ ਲੱਗ ਪਈ ਤਬਕੇ ਦੇ ਵਿੱਚ, ਕਹਿੰਦੇ ਨੇ ਕਿ ਖੇਤੀ ਕਾਨੂੰਨ ਰੱਦ ਕਰਵਾ ਕੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਵਿੱਚ ਐਂਟਰੀ ਕਰਵਾ ਸਕਦੇ ਨੇ। ਚਲੋ ਜੀ ਇਹ ਤਾਂ ਦੇਖੋ ਖੇਤੀ ਕਾਨੂੰਨ ਰੱਦ ਹੋਣ, ਅਸੀਂ ਪਹਿਲਾਂ ਇਹ ਚਾਹੁੰਦੇ ਹਾਂ ਕਿਸਾਨੀ ਅੰਦੋਲਨ ਕਾਮਯਾਬ ਹੋਵੇ, ਕਿਸਾਨ ਆਪਣੇ ਘਰਾਂ ਨੂੰ ਵਾਪਸ ਆਉਣ, ਚਾਹੇ ਜਿਵੇਂ ਵੀ ਆਪਣੇ ਐਨਡੀਏ ਦੀ ਸਰਕਾਰ ਕਰਦੀ ਆ, ਇਹਦਾ ਸਿਹਰਾ ਕੌਣ ਲੈਂਦਾ ਆ, ਕੌਣ ਇਹਦੇ ਪਿੱਛੇ ਕੀ ਰੋਲ ਅਦਾ ਕਰਦਾ, ਇਹ ਹੈ ਬਹੁਤ ਹਜੇ ਪ੍ਰੀਮੈਚੋਰ ਆ। ਇਹ ਗੱਲ ਆਪਾਂ ਜੇ ਹੁਣ ਕਰੀਏ ਤਾਂ ਦੇਖੋ ਪਹਿਲਾਂ ਬੀਜੇਪੀ ਕੁਛ ਸੋਚਦੀ ਸੀਗੀ ਕਿਸਾਨਾਂ ਦੇ ਮੁਤਲਕ ਜਾਂ ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਬੀਜੇਪੀ ਆਪਣਾ ਜਿਹੜਾ ਸਕੀਮਾਂ ਘੱਟ ਰਹੀ ਸੀਗੀ, ਉਹ ਸਾਰੀਆਂ ਸਕੀਮਾਂ ਫੇਲ ਹੋ ਗਈਆਂ ਬੀਜੇਪੀ ਦੀਆਂ, ਆਪਾਂ ਨੂੰ ਪਤਾ ਦਿਸਦਾ ਹੀ ਆ, ਪਤਾ ਹੀ ਆਪਾਂ ਨੂੰ, ਬਿਕੋਜ਼ ਕਿਸਾਨੀ ਅੰਦੋਲਨ ਨੇ ਇੰਨੀ ਮਜ਼ਬੂਤੀ ਫੜ ਲਈ, ਕਿਸਾਨੀ ਅੰਦੋਲਨ ਇੰਨਾ ਤਕੜਾ ਹੋ ਗਿਆ, ਸਾਰਾ ਸਮਾਜ ਸਾਰਾ ਪੰਜਾਬ ਹਰਿਆਣਾ ਬਾਕੀ ਹੋਰ ਵੀ ਸੂਬੇ ਨਾਲ ਜੁੜ ਗਏ ਉਹਦੇ,
तो बीजेपी कोई होर ही नहीं, उन्होंने को जी चाल से उन्होंने कह सकते हैं फेल हो गई। हूँ जो बीजेपी किसानों के नाल समझौता करती है, काले कानून अपने रद्द करती है, बहुत चंगा, असी वेलकम करांगे। मतलब श्रोमणी अकाली दल वालों चाहते असी भी किसान जित के घर आन, ये अंदोलन कामयाब होना चाहिए आ। पंजाब का अंदोलन आ, देश का अंदोलन आ, इस धरती मां का अंदोलन आ। बाकी इहदा कौन बेनीफिट लैंदा, किवें रिजल्ट निकलूगा, वह तो बहुत हजे टाइम पिया, हजे आप कुछ नहीं कह सकते उस बारे। पर मैं जरूर कहूँगा जो तुम सवाल पूछा मैं कि जेडे सियासतदान इदा का अपने विचार इदा की सोच या इदा स्ट्रैटजीज बनाते हैं, वो स्ट्रैटजियाँ दो दूनी चार है नहीं गा, भी ये भाड़ा नहीं कोई अपने ना हिसाब का, भी सीधा ही है ये सियासत कोई सीधी नहीं। उन्हां तों इहदा जिस तरीके ना वो सोचते हो मतलब कोई ना कोई उन्होंने मन च विचार होगा, चाहे किसी सियासी लीडर से पंजाब दे दे या बीजेपी की लीडरशिप से, वो छेदी किते सिरे नहीं लगना। बिकॉज किसानी अंदोलन ने बहुत रगड़ा खाधा, किसानों ने बहुत बड़ा संघर्ष किया, बड़े बलिदान दिते ने, बहुत सारे इदा के अपने जोड़े परिवार के मैंबर है जेडे आपू उन्हों तो सदा वास्ते वांझे हो गए, अपने तो आप खो बैठे हाँ, उन्होंने बलिदान दिता आ इस अंदोलन लिए, तो अजे भी मतलब स्पिरिट जागती आ, हजे भी बैठे ने हो। सो यदा जे कही भी फटाफट ही कोई यदा फायदा लैके तो अपने यदि खट्टी कट जूगा, नहीं ये नहीं होना। पंजाब के लोग समझ गए ने इशूज़ की आ, कि पार्टी उन्होंने वास्ते काम कर सकती आ, कि पार्टी ने की नहीं किया जो कहा सीगा, तो अपने बाकी जिहड़ियां पार्टियां उन्हों का भी हाल इदा का ही आ कि वह दिल्ली कुछ कहिंदे, हरियाणा कुछ कहिंदे आ, पंजाब कुछ कहिंदे आ। जिहड़ियां पार्टियां दिल्ली तो कमांड लैंदियां आ, जिहड़े लीडर दिल्ली वाल देखते आ, वह कदी पंजाब का भला नहीं कर सकते। अच्छा वडाला साहब, एक धारणा भी बन गई सी, एक मिथ बनी हुई सी, कांग्रेस के मंत्री कहन लगे थे कि कैप्टन अमरिंदर सिंह बादल मिले हुए ने, इस करके बादलों खिलाफ कोई कार्रवाई नहीं की जाती। तो हूँ जो तीन चार महीने का समा रह गया, जेकर यह जी नवी लीडरशिप आएगी, जेकर ये वालों कोई कार्रवाई की जाती है, जो 18 नुकाती एजेंडा दिता गया वो कोई व्डे मुद्दे चुके हिला दते जाते हैं, तो लगता फिर यदा कोई असर जाएगा, लोगों के मैसेज जाएगा कि वाकई ये कैप्टन अमरिंदर सिंह नहीं सी कर रहे। जिहड़ा ना जी 18 पॉइंट एजेंडा सीगा कांग्रेस हाईकमांड ने पंजाब की सरकार नूं दिता, अस तां अगे भी कहिंदे सीगे कि उन्होंने अपने कैप्टन अमरिंदर सिंह जी नूं चार्जशीट करता, उन्होंने कहता भाई तेरे बरखला तेरे विरुद्ध आ अपने हैगे आ जिहड़े आप नाराजगियां आ या कह लो इल्ज़ाम लगते आ, तो तू कम ही नहीं किया कोई। 18 तो थोड़े ही आ, वो तो लिस्ट तो बहुत लंबी आ, चलो उन्होंने मेन 18 चुन लिया उच्चों। तो पहला तो कहांगे कि कैप्टन अमरिंदर सिंह जी की सरकार इस खातरों फेल हो गई, पंजाब के लोगों ने तो कह ही दिता, पर दिल्ली ने भी कहता भी तुहाडे तों कोई काम नहीं होया, जो तुसीं मैनीफेस्टो बनाया सीगा तुसीं वो मैनीफेस्टो ते पूरा नहीं उतर सके। हुण जिहड़े तुसीं कहिंदे हो कि 18 अपने पॉइंट्स आ एजेंडा उन्हां दा जिहड़ा उन्हें कैप्टन साहब नूं दिता सीगा, जिहड़ी नवीं उन्हां दी सरकार बन जा रही है, नवीं लीडरशिप आ रही आ, नवां मुख्यमंत्री दा चेहरा आऊगा, वह की कर पाउंदा की नहीं कर पाउंदा, अगेन ये पिछे बहुत बड़ा क्वेश्चन मार्क है। अच्छा 2022 लैके हूँ नवजोत सिंह सिद्धू की तस्वीर जी साफ होंगी नज़र आ रही कि नवजोत सिंह सिद्धू जो 2022 के मुख्यमंत्री का फेस कांग्रेस के वालों हो सकते हैं, तो हमें लगता कि जेकर नवजोत सिंह सिद्धू बनते हैं तो यदा कोई फायदा होगा कांग्रेस पार्टी। देखो जी गल इदा भी नवजोत सिंह सिद्धू की चर्चा तो बहुत चिर हो रही है, जो प्रधान बन गए काफ़ी टाइम मिल गया उन्होंने, तो सिद्धू साहब तो मैं अगे कह के हटे कि ठीक है उन्होंने करिश्मा या उन्होंने स्टार अपील या शेरो शायरी या जोड़ा है उन्होंने परसनैलिटी वो लोगों च अपने होगी, ठीक है जी गल लोग अपने जिन्हों चंगा समझते है एक डिफरेंट सबजैक्ट, वो वक्रा पक्ष आ नवजोत सिंह सिद्धू का, बट पॉलिटिक्स जी हैगी इट इज़ अ डिफरेंट बॉल गेम। पॉलिटिक्स ना इदा दलां बात शेरो शायरी आप नहीं जोड़ सकते, समेल है नहीं गा, ठीक है। सो नवजोत सिंह सिद्धू न अगर ये प्रोजेक्ट करते हैं तो नवजोत सिंह सिद्धू की जी पुरानी कारगुजारी आ उत्ते बड़े सवाल होने आ कि नवजोत सिंह सिद्धू लोकल बॉडी मंत्री रहे, अज ही कैप्टन अमरिंदर सिंह ने कहा जो उन्होंने बाद अपने दी आ इंटरव्यू कि साढ़े अपने पता नहीं जिन्हें रहे आ 2-2.5 साल रहे मुख अपने लोकल बॉडीज मिनिस्टर, तो नवजोत सिंह सिद्धू ने फाइलें नहीं क्लीयर की अपने महकमे दियाँ। मैं नहीं मानता नवजोत सिंह सिद्धू जेकर मुख्यमंत्री का फेस बनते हैं तो मैं चीज़ का विरोध करांगा। वो तो करनगे जी, जो नवजोत सिंह सिद्धू ने लाया अपने कैप्टन अमरिंदर सिंह जी ने, सो तो है उन्होंने इट खटका तो रहना ही आ,
ਕਦੀ ਉਹ ਤਾਂ ਇਕੱਠੇ ਹੋ ਕੇ ਚੱਲ ਨਹੀਂ ਸਕਦੇ। ਅੱਛਾ, ਕੈਪਟਨ ਅਮਰਿੰਦਰ ਸਿੰਘ ਕਹਿੰਦੇ ਨੇ ਕਿ ਮੈਂ ਨਹੀਂ ਸਮਝਦਾ ਕਿ ਨਵਜੋਤ ਸਿੰਘ ਸਿੱਧੂ ਸੀਐਮ ਦੇ ਕਾਬਿਲ ਹੈਗੇ ਨੇ, ਤੁਸੀਂ ਕੀ ਸੋਚਦੇ ਹੋ ਕਿ ਨਵਜੋਤ ਸਿੰਘ ਸਿੱਧੂ ਕਾਬਿਲ ਹੈ ਸੀਐਮ ਫੇਸ ਦੇ ਕਿ ਜਾਂ ਨਹੀਂ? ਦੇਖੋ ਮੈਂ ਇਹਦੇ ਬਾਰੇ ਉਹਨਾਂ ਦੇ ਜਿਹੜੀ ਹੈਗੀ ਨਾ ਉਹਨਾਂ ਦੀ ਆਪਣੇ ਪਰਸਨੈਲਿਟੀ 'ਤੇ ਜਾਂ ਉਹਨਾਂ ਦੀ ਜਿਹੜੀ ਹੈਗੀ ਆ ਸਟ੍ਰਕਚਰ 'ਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਤਾਂ ਇਹ ਤੁਹਾਨੂੰ ਫਿਰ ਕਹੂੰਗਾ ਕਿ ਪੋਲੀਟਿਕਸ ਦਾ ਇੱਕ ਬਹੁਤ ਵੱਖਰਾ ਖੇਤਰ ਆ। ਪੋਲੀਟਿਕਸ ਵਿੱਚ ਤਜਰਬਾ ਚਾਹੀਦਾ, ਪੋਲੀਟਿਕਸ ਵਿੱਚ ਟੀਮ ਚਾਹੀਦੀ ਆ, ਪੋਲੀਟਿਕਸ ਵਿੱਚ ਇੱਕ ਚਾਹੀਦਾ ਪਕੜ, ਗਰਾਸਰੂਟ ਪਕੜ ਚਾਹੀਦੀ ਆ। ਤੁਹਾਨੂੰ ਇਸ਼ੂ ਦਾ ਪਤਾ ਹੋਣਾ ਚਾਹੀਦਾ, ਤੁਹਾਨੂੰ ਪ੍ਰੋਬਲਮਸ ਦਾ ਪਤਾ ਹੋਣਾ ਚਾਹੀਦਾ ਆ, ਚਾਹੇ ਕਿਸੇ ਵੀ ਖੇਤਰ ਦੀਆਂ ਨੇ, ਪੰਜਾਬ ਦੀਆਂ, ਦੇਸ਼ ਦੀਆਂ। ਅਤੇ ਜੇ ਆਪਾਂ ਹਵਾ 'ਚ ਰਹਿ ਕੇ ਲਿਫਾਫੇਬਾਜ਼ੀ 'ਚ ਰਹਿ ਕੇ ਆਪਾਂ ਕਹੀਏ ਵੀ ਐਂ ਕਰ ਦਿਆਂਗੇ ਉਹ ਕਰ ਦਿਆਂਗੇ, ਠੀਕ ਹੈ, ਲੋਕਾਂ ਨੂੰ ਸੁਣਨ ਨੂੰ ਬਹੁਤ ਚੰਗਾ ਲੱਗਦਾ ਆ, ਬਟ ਉਹਦੇ ਵਿੱਚ ਡਿਲੀਵਰ ਨਹੀਂ ਉਹ ਬੰਦੇ ਕਰ ਸਕਦੇ। ਪੋਲੀਟਿਕਸ ਵਿੱਚ ਡਿਲੀਵਰੀ ਚਾਹੀਦੀ ਆ ਵੀ ਕੌਣ ਡਿਲੀਵਰ ਕਰ ਸਕਦਾ ਆ, ਕੌਣ ਸਰਕਾਰ ਚਲਾ ਸਕਦਾ। ਜੇ ਬੰਦੇ ਤੋਂ ਮਹਿਕਮਾ ਨਹੀਂ ਚੱਲਿਆ, ਜੇ ਮੈਂ ਚਲੋ ਇਹ ਨਹੀਂ ਵੀ ਅਸੀਂ ਅਕਾਲੀ ਆ ਕਾਂਗਰਸੀ ਆ, ਵਿਦ ਡਿਊ ਰਿਸਪੈਕਟ ਟੂ ਹਿਮ ਇਹ ਮੈਂ ਕਹਿੰਦਾ ਵੀ ਜੇ ਉਹ ਮਹਿਕਮਾ ਨਹੀਂ ਚਲਾ ਸਕਦੇ ਜਾਂ ਮਤਲਬ ਜਿਹੜੀ ਜ਼ਿੰਮੇਵਾਰੀ ਮਿਲੀ ਉਹਨਾਂ ਨੂੰ ਉਹ ਪੂਰੀ ਨਹੀਂ ਕਰ ਸਕੇ, ਆਪਣੇ ਹਲਕੇ ਦੀ ਡਿਵੈਲਪਮੈਂਟ ਨਹੀਂ ਕਰਾ ਸਕੇ, ਤਾਂ ਫਿਰ ਭਾਈ ਉਹ ਮੁੱਖ ਮੰਤਰੀ ਦਾ ਤਾਂ ਆਪਣੀ ਬਹੁਤ ਵੱਡੀ ਗੱਲ ਆ, ਮੁੱਖ ਮੰਤਰੀ ਕਿਵੇਂ ਆਪਣੇ ਪੰਜਾਬ ਨੂੰ ਕਿਵੇਂ ਚਲਾਉਣਗੇ ਉਹ। ਸੋ ਇਹ ਗੱਲਾਂ ਤਾਂ ਹਜੇ ਬੜੀਆਂ ਪ੍ਰੀ ਮਚੋਰ ਆ। ਠੀਕ ਹੈ, ਲੋਕਾਂ ਦੇ ਮਨ 'ਚ ਕਈ ਇੱਦਾਂ ਦੀਆਂ ਸੀਗੀਆਂ ਆਪਣੇ ਨਾ ਕਿਆਸ ਰਾਈਆਂ ਜਾਂ ਕਈ ਇੱਦਾਂ ਦੀਆਂ ਵਿਚਾਰ ਸੀਗੀ, ਪਰ ਜਿਹੜਾ ਆ ਟਾਈਮ ਨਵਜੋਤ ਸਿੰਘ ਸਿੱਧੂ ਨੇ 2 ਮਹੀਨੇ ਦਾ 3 ਮਹੀਨੇ ਦਾ ਬਤੌਰ ਕਾਂਗਰਸ ਦਾ ਪ੍ਰੈਜ਼ੀਡੈਂਟ ਕੱਢਿਆ, ਉਹਦੇ ਵਿੱਚ ਉਹਨਾਂ ਦਾ ਟੈਂਪਰਮੈਂਟ ਸਾਹਮਣੇ ਆ ਗਿਆ। ਠੀਕ ਹੈ ਜੀ, ਉਹਨਾਂ ਦੀ ਜਿਹੜੀ ਹੈਗੀ ਆ ਕੰਮ ਕਰਨ ਦਾ ਤੌਰ ਤਰੀਕਾ ਸਾਹਮਣੇ ਆ ਗਿਆ ਵੀ ਇੱਦਾਂ ਨਹੀਂ ਆਪਣੇ ਸਿਆਸਤ ਵਿੱਚ ਚੱਲਣ ਦਾ ਵੀ ਆਪਾਂ ਸਾਰਿਆਂ ਨੂੰ ਭੰਡੀ ਜਾਈਏ ਜਾਂ ਮਤਲਬ ਆਪਾਂ ਤਿੱਖੀ ਗੱਲ ਕਰੀਏ ਜਾਂ ਆਪਾਂ ਮਤਲਬ ਨਾ ਹਰ ਗੱਲ ਨੂੰ ਆਪਣੇ ਉੱਤੇ ਲੈ ਕੇ ਆਈਏ, ਆਪਣੀ ਪਰਸਨੈਲਿਟੀ 'ਤੇ ਲੈ ਕੇ ਆਈਏ। ਨਹੀਂ, ਇੱਦਾਂ ਨਹੀਂ, ਇਹਦਾ ਮਤਲਬ ਪੋਲੀਟਿਕਸ ਤਾਂ ਬਹੁਤ ਇੱਕ ਮਤਲਬ ਡੂੰਘਾ ਸਬਜੈਕਟ ਆ, ਇਹਦੇ ਵਿੱਚ ਤਜਰਬਾ ਚਾਹੀਦਾ, ਇਹਦੇ ਵਿੱਚ ਪਿਛੋਕੜ ਚਾਹੀਦਾ, ਇਹਦੇ ਵਿੱਚ ਆਪਾਂ ਨੂੰ ਸਮਝ ਚਾਹੀਦੀ ਆ, ਅਤੇ ਫਿਰ ਆ ਵੀ ਟੀਮ ਚਾਹੀਦੀ ਆ। ਅਤੇ ਹਜੇ ਤਾਂ ਇਹ ਬਹੁਤ ਵੱਡਾ ਟੈਸਟ ਆ, ਇਕੱਲਾ ਸਿੱਧੂ ਸਾਹਿਬ ਦਾ ਨਹੀਂ, ਕਾਂਗਰਸ ਪਾਰਟੀ ਦਾ ਬਹੁਤ ਵੱਡਾ ਟੈਸਟ ਆ ਜਿਹੜਾ 2-3-4 ਮਹੀਨੇ ਇਲੈਕਸ਼ਨ ਤੋਂ ਪਹਿਲਾਂ ਆ ਵੀ ਕੀ ਕਾਂਗਰਸ ਪਾਰਟੀ ਆਪਣਾ ਜਿਹੜਾ ਚਿਹਰਾ ਇਕੱਠ ਦਿਖਾ ਸਕਦੀ ਲੋਕਾਂ ਨੂੰ। ਅੱਜ ਕੈਪਟਨ ਅਮਰਿੰਦਰ ਸਿੰਘ ਇਹਨੇ ਮੈਂ ਅਪੋਜ਼ ਕਰੂੰਗਾ, ਕੈਪਟਨ ਅਮਰਿੰਦਰ ਸਿੰਘ ਦਾ ਧੜਾ ਹੈਗਾ ਹੀ ਆ, ਬਿਕੋਜ਼ ਹੀ ਇਜ਼ ਮੇਨ ਚੀਫ ਮਿਨਿਸਟਰ ਫੋਰ 9.5 ਸਾਲ। ਅੱਛਾ, ਤੁਸੀਂ ਵੀ ਪੁਰਾਣੇ ਸਿਆਸਤਦਾਨ ਰਹੇ ਹੋ, ਤੁਹਾਨੂੰ ਤਾਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦਾ ਵੀ ਪਤਾ ਹੋਏਗਾ। ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਨਾਲ ਅੱਜ ਹੋਈ ਹੈ, ਤੁਹਾਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸ਼ਾਂਤ ਰਹਿਣ ਵਾਲੇ ਨੇ? ਦੇਖੋ ਜੀ, ਆਪਣੇ ਕੈਪਟਨ ਅਮਰਿੰਦਰ ਸਿੰਘ ਜੀ ਨਾਲ ਜੋ ਹੋਇਆ ਬੜਾ ਮਤਲਬ ਕਹਿ ਲਓ ਮੰਦਭਾਗਾ ਆਇਆ ਜਾਂ ਬੜਾ ਨਾ ਹੈਗਾ ਅਨਫੋਰਚੁਨੇਟ, ਇੱਕ ਕਿਸੇ ਵਿਅਕਤੀਗਤ ਮੈਂ ਤੌਰ 'ਤੇ ਕਹਿ ਰਿਹਾ, ਬਟ ਬਿਕੋਜ਼ ਆਪਣੇ ਉਹਨਾਂ ਨੇ ਕੰਮ ਵੀ ਕੀਤਾ ਅਤੇ ਕੈਪਟਨ ਅਮਰਿੰਦਰ ਸਿੰਘ ਆਪਣੇ ਨਹੀਂ ਨਿਕਲੇ, ਉਹਨਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਸੀਗੀ ਪੰਜਾਬ ਦੀ, ਪੰਜਾਬ ਦੇ ਲੋਕਾਂ ਨੇ ਇੰਨੀਆਂ ਸੀਟਾਂ ਦਿੱਤੀਆਂ ਉਹਨਾਂ ਨੂੰ, ਉਹਨਾਂ ਨੇ ਬਹੁਤ ਵੱਡੇ ਵੱਡੇ ਆਪਣੇ ਸੁਪਨੇ ਦਿਖਾਏ ਪੰਜਾਬੀਆਂ ਨੂੰ, ਕਿਸੇ ਵੀ ਕੰਮ 'ਚ ਖਰੇ ਨਹੀਂ ਉਤਰੇ, ਹਰ ਕੰਮ 'ਚ ਫੇਲ ਹੋ ਗਏ ਕੈਪਟਨ ਸਾਹਿਬ। ਬਟ ਜੇ ਹੁਣ ਦੇਖਿਆ ਜਾਵੇ ਉਹਦੇ ਪੰਜਾਬ ਦਾ ਮੁੱਖ ਮੰਤਰੀ ਉਹਨੂੰ ਜ਼ਲੀਲ ਕਰਕੇ ਤੁਸੀਂ ਲਾਇਆ, ਅਤੇ ਦੇਖੋ ਕੈਪਟਨ ਅਮਰਿੰਦਰ ਸਿੰਘ ਜੀ ਵੀ ਚਲੋ ਕਹਿੰਦਾ ਉਹ ਵੀ ਮੈਂ ਟਾਈਮ ਜਦੋਂ ਸਮਾਂ ਆਊਗਾ ਉਦੋਂ ਮੈਂ ਆਪਣਾ ਜਿਹੜੇ ਪੱਤੇ ਖੋਲੂੰਗਾ, ਅਤੇ ਜਦੋਂ ਸਮਾਂ ਆਊਗਾ ਪੱਤੇ ਖੋਲਣਗੇ, ਪਰ ਕੈਪਟਨ ਅਮਰਿੰਦਰ ਸਿੰਘ ਜੀ ਇਸ ਗੱਲ ਨੂੰ ਇੱਦਾਂ ਤਾਂ ਲੈਣਗੇ ਨਹੀਂ ਕਿ ਮੁੱਖ ਮੰਤਰੀ ਅੱਜ ਸੀਗੇ ਕੱਲ੍ਹ ਹੈ ਨਹੀਂਗੇ ਅਤੇ ਚੁੱਪ ਕਰਕੇ ਘਰ ਬੈਠ ਜਾਣ, ਇਹ ਨਹੀਂ ਉਹਨਾਂ ਨੇ ਮੰਨਣਾ। ਜ਼ਰੂਰ ਆਪਣੇ ਆਪਣਾ ਜਿਹੜੇ ਹੱਥ ਉਹ ਦਿਖਾਉਣਗੇ, ਆਪਣੇ ਰੰਗ ਚਾਹੁਣਗੇ, ਇਹ ਟਾਈਮ ਦੱਸੂਗਾ ਵੀ ਕੀ ਕਰਦੇ ਆ ਜਾਂ ਕੀ ਕਰ ਸਕਦੇ ਆ ਜਾਂ ਕੀ ਨਹੀਂ ਕਰਦੇ, ਟਾਈਮ ਦੱਸੂਗਾ। ਬਟ ਇਹ ਜ਼ਰੂਰ ਹੈ ਕਿ ਉਹਨਾਂ ਨੂੰ ਇਸ ਗੱਲ ਦਾ ਮਹਿਸੂਸ ਹੋਇਆ, ਉਹ ਕਹਿੰਦੇ ਮੈਨੂੰ ਜ਼ਲੀਲ ਕੀਤਾ ਗਿਆ ਅਤੇ ਆਪਣੇ ਮੈਨੂੰ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਨੇ ਮੈਨੂੰ ਟ੍ਰੀਟ ਕੀਤਾ ਆ, ਅਤੇ ਚਲੋ ਤਾਂ ਉਹਨਾਂ ਨੇ ਆਪਣੀ ਗੱਲ ਆ, ਪਰ ਉਹ ਇੱਕ ਪਰਸਨ ਲਈ ਇੱਕ ਮੁੱਖ ਮੰਤਰੀ ਸੀ ਪੰਜਾਬ ਦਾ, ਕਿੱਥੇ ਕਿੱਡੀ ਗੱਲ ਸੀ ਕੈਪਟਨ ਅਮਰਿੰਦਰ ਸਿੰਘ ਜੀ ਦੀ, ਕਿੱਥੇ ਬਿਲਕੁਲ ਹੀ ਆਪਣੇ ਜ਼ੀਰੋ 'ਤੇ ਆ ਗਏ, ਫਰਸ਼ 'ਤੇ ਆ ਗਏ ਆ, ਅਤੇ ਉਹ ਉਹਨਾਂ ਦੇ ਨਾਲ ਖੜ੍ਹਾ ਹੀ ਨਹੀਂ ਕੋਈ ਹੋਇਆ। ਸੋ ਇਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਆਪਣੀ ਜਿਹੜੀ ਕਾਰਗੁਜ਼ਾਰੀ ਦਾ ਨਤੀਜਾ ਆ, ਉਹਨਾਂ ਨੂੰ ਸਾਰੀ ਪਾਰਟੀ ਛੱਡ ਗਈ, ਕੁਛ ਹਾਈਕਮਾਂਡ ਨੇ ਕਹਿ ਤਾ, ਉਹਨਾਂ ਨੇ ਉਹਨਾਂ ਜ਼ੋਰ ਨਾਲ MLA ਨੂੰ ਕਹਿ ਤਾ, ਬਟ ਇਹ ਜਿਹੜਾ ਉਹਨਾਂ ਦੇ ਮਨ 'ਚ ਰੋਸ ਆ, ਉਹਨਾਂ ਦੇ ਮਨ 'ਚ ਗਿਲਾ ਆ, ਉਹਨਾਂ ਨੂੰ ਉਹਨਾਂ ਨੇ ਇਹ ਆਪਣੇ ਸਹਿਮਤੀ ਨਾਲ ਅਸਤੀਫਾ ਨਹੀਂ ਦਿੱਤਾ, ਉਹ ਸੋਨੀਆ ਗਾਂਧੀ ਨਾਲ ਰਾਹੁਲ ਗਾਂਧੀ ਨਾਲ ਸਹਿਮਤ ਨਹੀਂ ਹੋਏ ਆਪਣੀ ਲੀਡਰਸ਼ਿਪ ਨਾਲ, ਉਹਨਾਂ ਨੇ ਆਪਣੀ ਅਸਹਿਮਤੀ ਆਪਣੇ ਜਿਤਾ ਕੇ ਪ੍ਰਗਟਾ ਕੇ ਤਾਂ ਫਿਰ ਉਹਨਾਂ ਨੇ ਅਸਤੀਫਾ ਦਿੱਤਾ ਆ। ਦੈਟ ਮੀਨਸ ਉਹ ਜ਼ਰੂਰ ਕਾਂਗਰਸ ਦੇ ਪ੍ਰਤੀ ਜਿਹੜੀ ਆਪਣੀ ਹੈਗੀ ਨਾਰਾਜ਼ਗੀ ਮਨ 'ਚ ਰੱਖ ਰਹੇ ਆ, ਉਹਦਾ ਆਉਣ ਵਾਲੇ ਟਾਈਮ 'ਚ ਉਹ ਨਾਰਾਜ਼ਗੀ ਨੂੰ ਜ਼ਾਹਰ ਕਰਨਗੇ, ਕੱਢਣਗੇ, ਜਾਂ ਉਹਦਾ ਕੁਛ ਨਾ ਕੁਛ ਆਪਣੇ ਵੱਲੋਂ ਜੋ ਵੀ ਹਿਲਾ ਵਸੀਲਾ ਉਹ ਉਹਨਾਂ ਕੋਲ ਹੋਇਆ ਉਹ ਕਰਨਗੇ ਜ਼ਰੂਰ।
धन्यवाद वडाला साहब गलबात करने के लिए। सो ये गुरप्रताप सिंह वडाला होने ने जिन्होंने सीधे तौर पर कहा कि कैप्टन अमरिंदर सिंह दे नाल जो होया वो कैप्टन अमरिंदर सिंह इसे तरीके दे नाल शांत नहीं रहेंगे, अपना रंग जड़ा वो जरूर दिखाएंगे, पर जो कुछ अज पंजाब कांग्रेस दे विच होया गुरप्रताप सिंह वडाला होना दे वल्लों सीधे तौर पर कहना कि ये कैप्टन अमरिंदर सिंह होना दे वल्लों 4.5 साल के काम ना करन कारण उन्होंने अज अस्तीफा देना पिया ते इहदा जिहड़ा सीधा फायदा 2022 दीआं चोणां दे विच अकाली दल नूं होवेगा। कैमरामैन रविंदर कुमार दे नाल मनप्रीत सिंह कालू, टीवी पंजाब जलंधर। सत श्री अकाल जी, मैं निर्मल मान ऊड़ा टैक्स सैटलमेंट तों। ये तुसीं वीडियो देख रहे सी टीवी पंजाब दे उत्ते। इहो जिहे होर जानकारी भरपूर वीडियो देखने वास्ते टीवी पंजाब दे चैनल नूं सबसक्राइब करो ते नाल हेठ दित्ते हुए बैल आइकन दे बटन दबाओ। सत श्री अकाल।